ਹੈਲੋ ਐਵਰੀਵਨ, ਮੈਂ ਅਨਮੋਲ ਅਰੋੜਾ ਅਬੋਹਰ ਪੰਜਾਬ ਤੋਂ ਤੁਹਾਡੇ ਲਈ ਇਸ ਸੈਸ਼ਨ ਦੇ ਵਿੱਚ ਹਾਜ਼ਰ ਹਾਂ। ਇੱਕ ਇੰਪੋਰਟੈਂਟ ਸੈਸ਼ਨ ਰਹਿਣ ਵਾਲਾ ਹੈ ਜੋ ਸਟੂਡੈਂਟ ਫੋਰ ਐਨਟੀਟੀ ਦਾ ਐਗਜ਼ਾਮ ਦੇਣ ਜਾ ਰਿਹਾ ਹੈ। ਆਈ ਹੋਪ ਕਿ ਤੁਹਾਡੇ ਸਾਰਿਆਂ ਤੱਕ ਆਪਣੇ ਦੁਆਰਾ ਸ਼ੇਅਰ ਕੀਤੀ ਗਈ PDF ਵੀ ਪਹੁੰਚ ਚੁੱਕੀ ਹੋਵੇਗੀ। ਐਨਟੀਟੀ ਦਾ ਜੋ ਅਫੀਸ਼ੀਅਲ ਸਿਲੇਬਸ ਹੈ 8393 ਪੋਸਟਾਂ ਦੇ ਲਈ ਬਿਲਕੁਲ ਆ ਚੁੱਕਿਆ ਹੈ। ਐਂਡ ਅਗਰ ਹਾਲੇ ਤੱਕ ਇਹ ਸਿਲੇਬਸ ਦੀ PDF ਨਹੀਂ ਪਹੁੰਚੀ ਹੈ, ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਗਿਆ, ਉਹ ਤੁਸੀਂ ਡਾਇਰੈਕਟ ਜਾ ਕੇ ਉਸ ਇਸ PDF ਨੂੰ ਡਾਊਨਲੋਡ ਕਰ ਸਕਦੇ ਹੋ, ਠੀਕ ਹੈ ਜੀ, ਜਿਹਦੇ ਵਿੱਚ ਹਰ ਇੱਕ ਚੀਜ਼ ਪ੍ਰੋਪਰ ਇੱਕ ਡਿਵੀਜ਼ਨ ਕਰ ਦਿੱਤੀ ਗਈ ਹੈ। ਐਂਡ ਜਿਸ ਤਰੀਕੇ ਨਾਲ ਤੁਸੀਂ ਅੱਗੇ ਵੱਧ ਸਕਦੇ ਹੋ ਤਾਂ ਉਹ ਚੀਜ਼ ਤੁਸੀਂ ਇਸ ਲਈ ਦੇਖ ਸਕਦੇ ਹੋ। ਅਦਰਵਾਈਜ਼ ਆਪਣੇ ਟੈਲੀਗ੍ਰਾਮ ਚੈਨਲ 'ਤੇ ਵੀ PDF ਅਵੇਲੇਬਲ ਹੈ, ਅਗਰ ਕਿਸੇ ਨੇ ਹਾਲੇ ਤੱਕ ਜੁਆਇਨ ਨਹੀਂ ਕੀਤਾ ਟੈਲੀਗ੍ਰਾਮ ਚੈਨਲ ਤੋਂ ਜ਼ਰੂਰ ਜੁਆਇਨ ਕਰਕੇ ਰੱਖਣਾ। ਬਾਕੀ ਜੋ ਸਾਰੀਆਂ ਇਸ ਦੇ ਬਾਰੇ ਵਿੱਚ ਅਪਡੇਟਸ ਹੈ ਉਹ ਸਾਰੀਆਂ ਤੁਹਾਨੂੰ ਦੇ ਦੇਣਾ। ਪਹਿਲੀ ਚੀਜ਼ ਕਿ ਤੁਹਾਡੇ ਸਾਹਮਣੇ 6 ਸਬਜੈਕਟਸ ਦਿੱਤੇ ਗਏ ਆ ਸਿਲੇਬਸ ਦੇ ਵਿੱਚ, ਐਕਚੁਅਲੀ ਵਿੱਚ 6 ਨਹੀਂ ਹੈ, ਇਹ ਸਬਜੈਕਟਸ ਹੈ ਜੀ ਟੋਟਲ 10 ਸਬਜੈਕਟ। ਸਾਰਿਆਂ ਦੀ ਵੇਟੇਜ ਕੁਛ ਇਸ ਤਰੀਕੇ ਨਾਲ ਹੈ, ਸਾਰੀ ਮੈਂ ਤੁਹਾਨੂੰ ਅੱਗੇ ਡਿਟੇਲ ਦੇ ਵਿੱਚ ਦੱਸਣ ਵਾਲਾ ਹਾਂ, ਠੀਕ ਹੈ ਜੀ। ਤਾਂ ਇਹ 6 ਦੇ 6 ਸਬਜੈਕਟਸ ਦੇ ਬਾਰੇ ਵਿੱਚ ਕੀ ਰਹੇਗਾ, ਕੋਚਿੰਗ ਦਾ ਪ੍ਰੋਸੈਸ ਉਹ ਵੀ ਮੈਂ ਸਾਰਾ ਅੱਗੇ ਡਿਟੇਲ ਵਿੱਚ ਦੱਸਾਂਗਾ। ਕੋਚਿੰਗ ਆਪਣੀ ਆਨਲਾਈਨ ਹੋਏਗੀ ਐਂਡ ਕੀ ਡਿਟੇਲ ਹੈ ਇਸਦੀ ਸਾਰੀ ਦੀ ਸਾਰੀ, ਉਹ ਆਪਣੀ ਐਪਲੀਕੇਸ਼ਨ 'ਤੇ ਜਾ ਕੇ ਤੁਸੀਂ ਡੈਮੋ ਲੈਕਚਰ ਦੇਖ ਕੇ ਵੀ ਚੈੱਕਆਊਟ ਕਰ ਸਕਦੇ ਹੋ। ਐਂਡ ਐਪਲੀਕੇਸ਼ਨ ਦਾ ਲਿੰਕ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਹੈ, ਚਾਹੇ ਐਪਲ iOS ਵਾਲੇ ਯੂਜ਼ਰ ਹੋ ਤੁਸੀਂ, ਚਾਹੇ ਐਂਡਰੋਇਡ ਵਾਲੇ ਜ਼ਿਆਦਾ ਯੂਜ਼ਰ ਹੁੰਦੇ ਹੋ ਨਾ ਤੁਸੀਂ, ਤਾਂ ਉਸ ਦਾ ਵੀ ਲਿੰਕ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਹੈ। ਐਂਟੀਟੀ ਦੇ ਕੋਰਸ ਦਾ ਵੀ ਲਿੰਕ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਹੈ, ਤੁਸੀਂ ਕਰਨਾ ਕੀ ਹੈ ਐਪ ਨੂੰ ਇੰਸਟਾਲ ਕਰਨਾ ਹੈ, ਦੈਨ ਤੁਸੀਂ ਉਸ ਕੋਰਸ 'ਤੇ ਲਿੰਕ ਕੋਰਸ 'ਤੇ ਕਲਿੱਕ ਕਰਨਾ, ਅਦਰਵਾਈਜ਼ ਤੋਂ ਆਪਸ਼ਨ ਵਿੱਚ ਵੀ ਤੁਹਾਨੂੰ ਉਹ ਕੋਰਸ ਮਿਲ ਜਾਏਗਾ। ਬਾਕੀ ਸਾਰੀ ਜਾਣਕਾਰੀ ਮੈਂ ਤੁਹਾਨੂੰ ਅੱਗੇ ਦੇ ਦਿੰਦਾ, ਬਾਕੀ ਇਸ ਦੇ ਬਾਰੇ ਵਿੱਚ ਜੋ ਸਾਰੀ ਜਾਣਕਾਰੀ ਹੈ ਨਾ ਤੁਸੀਂ ਇਸ ਤੋਂ ਇਲਾਵਾ ਪਹਿਲਾਂ ਸਾਰੀ ਵੀਡੀਓ ਨੂੰ ਧਿਆਨ ਨਾਲ ਸੁਣ ਲੈਣਾ, ਉਸ ਤੋਂ ਬਾਅਦ ਤੁਸੀਂ ਸਾਡੇ ਨਾਲ ਇਸ ਨੰਬਰ 'ਤੇ ਕੰਟੈਕਟ ਵੀ ਕਰ ਸਕਦੇ ਹੋ। ਹਾਂਜੀ, ਪਹਿਲਾ ਜੋ ਪੋਰਸ਼ਨ ਹੈ ਤੁਹਾਡੇ ਲਈ ਬਹੁਤ ਇੰਪੋਰਟੈਂਟ ਪੋਰਸ਼ਨ ਹੈ, 15 ਮਾਰਕਸ ਦਾ ਇਹ ਪੋਰਸ਼ਨ ਤੁਹਾਡੇ ਲਈ ਦੱਸਿਆ ਗਿਆ ਹੈ, ਜਨਰਲ ਨੌਲੇਜ ਐਂਡ ਕਰੰਟ ਅਫੇਅਰਸ ਦਾ। ਦੇਖੋ, ਜਨਰਲ ਨੌਲੇਜ ਜੋ ਸਾਨੂੰ ਪਤਾ ਹੈ, ਐਂਡ ਇਹ ਤਾਂ ਚਲੋ ਜ਼ਿਆਦਾਤਰ ਨਾ ਸਾਡੇ ਲਈ ਸਟੈਟਿਕ ਦਾ ਕੰਸੈਪਟ ਆ ਜਾਂਦਾ ਹੈ, ਠੀਕ ਹੈ। ਸਟੈਟਿਕ ਦੇ ਵਿੱਚ ਤੁਹਾਨੂੰ ਬਹੁਤ ਕੁਝ ਪੜ੍ਹਨਾ ਪਏਗਾ, ਡੀਅਰ ਇਸ ਚੀਜ਼ ਧਿਆਨ ਵਿੱਚ ਰੱਖਿਆ ਜੀ। ਇਹ ਨਾ ਥੋੜ੍ਹਾ ਜਿਹਾ ਲਿਖਣ ਦੇ ਵਿੱਚ 15 ਨੰਬਰ ਹੈ, ਬਟ ਬਹੁਤ ਵੱਡੀ ਚੀਜ਼ ਹੈ, ਠੀਕ ਹੈ, ਬਹੁਤ ਇੱਕ ਵੱਡਾ ਧਮਾਕਾ ਹੈ ਇੱਥੇ, ਠੀਕ ਹੈ। ਐਂਡ ਇਹ ਚੀਜ਼ ਇੰਨਾ ਵੀ ਲਾਈਟ ਨਾ ਲਿਆ ਜੇ ਕਿ 15 ਨੰਬਰ ਦਾ ਪੋਰਸ਼ਨ ਅਸੀਂ ਛੱਡ ਦਿੱਤੇ। ਦੇਖੋ, ਮੈਂ ਮੰਨਦਾ 3 ਤੋਂ 4 ਨੰਬਰ ਕਰੰਟ ਅਫੇਅਰਸ ਤੋਂ ਹੋ ਜਾਣਗੇ, ਕੁਛ 5 ਤੋਂ 6 ਨੰਬਰ ਕੁਛ SST ਵਾਲੀ ਸਾਈਡ ਤੋਂ ਹੋ ਜਾਣਗੇ, ਕੁਛ 4 ਤੋਂ 5 ਬਸ, ਹਾਂ 15 ਨੰਬਰ ਦੀ ਐਡਜਸਟਮੈਂਟ ਕਰਵਾ ਕੇ ਇਹ ਸਾਰਾ ਕੁਛ ਹੋ ਜਾਏਗਾ 15 ਮਾਰਕਸ, ਠੀਕ ਹੈ। ਜੋ ਵੀ ਹੈ ਤੁਸੀਂ ਮੈਨੇਜ ਹੁੰਦਾ ਹੋਇਆ ਤੁਸੀਂ ਉੱਥੇ ਦੇਖੋ, ਮੇਰਾ ਇਹ ਮੰਨਣਾ ਹੈ। ਐਂਡ ਲਗਭਗ ਇੱਦਾਂ ਹੀ ਹੋਏਗਾ, ਬਾਕੀ ਠੀਕ ਹੈ, ਇੱਕ ਵੱਡਾ ਚੇਂਜ ਹਰ ਵਾਰੀ ਪੰਜਾਬ ਦੇ ਇਗਜ਼ਾਮ ਦੇ ਵਿੱਚ ਆ ਜਾਂਦਾ ਹੈ, ਜੋ ਜਿੱਦਾਂ ਕਹਿੰਦੇ ਹੈ ਉੱਦਾਂ ਹਰ ਵਾਰੀ ਹੁੰਦਾ ਹੈ, ਠੀਕ ਹੈ, ਠੀਕ ਹੈ। ਬਾਕੀ ਦੇਖਾਂਗੇ ਕੀ ਹੁੰਦਾ ਹੈ ਜੀ, ਤਾਂ ਠੀਕ ਹੈ। ਹੁਣ ਇਸ ਦੇ ਵਿੱਚ ਕਰੰਟ ਅਫੇਅਰਸ ਦਾ ਪੋਰਸ਼ਨ ਹੋਏਗਾ, ਸੋਸ਼ਲ ਸਾਇੰਸ ਦੇ ਵਿੱਚ ਅੱਗੇ ਤੁਹਾਨੂੰ ਫਿਰ ਤੋਂ 4 ਸਬਜੈਕਟ ਪੜ੍ਹਨੇ ਹੈ। ਤੁਹਾਨੂੰ ਪਤਾ ਨਾ ਹਿਸਟਰੀ ਹੁਣ ਪੰਜਾਬ ਲੈਵਲ ਦੀ ਹਿਸਟਰੀ ਤਾਂ ਪੜ੍ਹਨੀ ਹੀ ਪੜ੍ਹਨੀ ਹੈ, ਕਿਉਂਕਿ ਇਸਨੇ ਮੈਟ੍ਰਿਕ ਲੈਵਲ ਦੀ ਬੋਲੀ ਹੈ। ਐਂਡ ਕਿਤੇ ਵੀ ਇਹ ਨਾ ਸੋਚ ਲੈਣਾ ਕਿ ਸਾਨੂੰ ਹਲਕੇ ਵਿੱਚ ਚੀਜ਼ਾਂ ਕਰਨੀਆਂ ਪੈਣੀਆਂ, ਠੀਕ ਹੈ। ਉਹਨਾਂ ਡੈਪਥ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ ਜਿਵੇਂ ਕਿ ਮਾਸਟਰ ਕੈਡਰ ਵਾਲੇ ਉਹਨਾਂ ਸਬਜੈਕਟ 'ਤੇ ਜਾਂਦੇ ਹੈ, ਬਟ ਫਿਰ ਗੱਲ ਉਹ ਵੀ ਆ ਜਾਂਦੀ ਹੈ ਨਾ ਕਿ ਜਿਵੇਂ ਹੁਣ ਸਾਇੰਸ ਹੈ, ਸਾਇੰਸ ਤਾਂ ਸਾਨੂੰ ਸਮਝ ਹੀ ਤਾਂ ਆਏਗੀ ਨਾ, ਪੋਲੀਟੀਕਲ ਸਾਇੰਸ ਨਹੀਂ ਜੀ, ਜਨਰਲ ਸਾਇੰਸ ਹੈ। ਜਨਰਲ ਸਾਇੰਸ ਅਗਰ ਅਸੀਂ ਡੈਪਥ ਵਿੱਚ ਜਾਈਏ ਨਾ ਸਾਨੂੰ ਸਮਝ ਨਹੀਂ ਆਉਣ ਵਾਲੀ ਹੈ, ਤਾਂ ਪ੍ਰੋਬਲਮ ਉੱਧਰ ਵੀ ਆ ਜਾਂਦੀ ਹੈ। ਚਾਹੇ ਕੰਮ 4 ਜਾਂ 5 ਮਾਰਕਸ ਆਏਗਾ, ਬਟ ਚੈਪਟਰ ਪੈਣੇ ਸਾਰੇ ਹੈਗੇ ਜੀ, ਹੈ ਨਾ। ਜੋ ਫਿਜ਼ਿਕਸ ਹੈ ਇਸ ਦੇ ਵਿੱਚ ਤੁਸੀਂ ਦੇਖੋਗੇ, ਇਹਦੇ ਵਿੱਚ ਤੁਹਾਨੂੰ ਹੁਣ ਦੇਖੋ 10th ਲੈਵਲ ਤੱਕ ਦਾ ਮਤਲਬ ਹੀ ਸਾਡੇ ਸਾਹਮਣੇ ਕਲੀਅਰ ਹੈ। ਫਿਜ਼ਿਕਸ ਹੈ, ਕੈਮਿਸਟਰੀ ਹੈ, ਬਾਇਓਲੋਜੀ ਹੈ, ਇਹ ਸਾਰੇ ਦੇ ਸਾਰਾ ਜੋ ਕੰਸੈਪਟ ਹੈ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ। ਹੁਣ ਇਸ ਨੂੰ ਤੁਸੀਂ ਸੋਚ ਸਕਦੇ ਹੋ ਕਿ ਅਸੀਂ ਕੁਛ ਛੱਡ ਕੇ ਚਲੇ ਜਾਈਏ, ਹਾਂ ਚਲੋ SST ਵਿੱਚ ਇੰਨਾ ਸਾਨੂੰ ਡੈਪਥ ਵਿੱਚ ਕਈ ਚੀਜ਼ਾਂ ਸਮਝਣ ਦੀ ਜ਼ਰੂਰਤ ਨਹੀਂ ਹੋਏਗੀ ਇਸ ਲੈਵਲ ਦੇ ਐਗਜ਼ਾਮ, ਇਸ ਪੇਪਰ ਦੇ ਐਗਜ਼ਾਮ ਦੇ ਜੋ ਲੈਵਲ ਦੇ ਅਕੋਰਡਿੰਗ, ਬਟ ਠੀਕ ਹੈ, ਸਾਨੂੰ ਇੱਕ ਵਧੀਆ ਲੈਵਲ 'ਤੇ ਕਰਨਾ ਪਏਗਾ। ਹਿਸਟਰੀ ਸਾਨੂੰ ਠੀਕ ਹੈ, ਐਂਸ਼ੀਅਨ ਮੈਡੀਵੀਅਲ ਐਂਡ ਜੋ ਕਰੰਟ ਵਾਲੀ ਜੋ ਹੁੰਦੀ ਹੈ ਉਸ ਦੇ ਬਾਰੇ ਵਿੱਚ ਕਰਨਾ ਪਏਗਾ। ਪੰਜਾਬ ਹਿਸਟਰੀ ਵੀ ਸਾਰੀ ਹੋਏਗੀ, ਐਂਡ ਉਹ ਚੀਜ਼ਾਂ ਦੇ ਬਾਰੇ ਵੀ ਸਾਨੂੰ ਦੇਖਣਾ ਪੈਂਦਾ ਹੈ, ਠੀਕ ਹੈ। ਇਸ ਤੋਂ ਇਲਾਵਾ ਜੀਓਗ੍ਰਾਫੀ ਹੈ, ਪੋਲੀਟੀਕਲ ਸਾਇੰਸ ਹੈ, ਸਿਵਿਕਸ ਹੈ, ਜਾਂ ਇਕਨੋਮਿਕਸ ਹੈ, ਇਸ ਤੋਂ ਇਲਾਵਾ ਇਹਨਾਂ ਚੀਜ਼ਾਂ ਦੇ ਬਾਰੇ ਵਿੱਚ ਤੁਹਾਨੂੰ ਦੇਖਣਾ ਪੈਂਦਾ ਹੈ, ਪ੍ਰੋਪਰ ਕਰਨਾ ਪੈਂਦਾ। ਬਾਕੀ ਦੇਖਦੇ ਹਾਂ ਕਿਸ ਟਾਈਪ ਨਾਲ ਡਿਵੀਜ਼ਨ ਹੁੰਦੀ ਹੈ, ਕੁਛ ਅਜੂਬਾ ਹੀ ਸਾਡੇ ਸਾਹਮਣੇ ਆਇਆ ਹੈ। ਸਿਲੇਬਸ ਬਹੁਤ ਜ਼ਿਆਦਾ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ,
ਕਰੰਟ ਦੇ ਵਿੱਚ ਕਿਤੇ ਨਾ ਕਿਤੇ ਤੁਸੀਂ ਇਹਨਾਂ ਚੀਜ਼ਾਂ ਨੂੰ ਵੀ ਨਾਲ ਹੀ ਲੈ ਕੇ ਚੱਲੋਗੇ, ਐਂਡ ਨਾਲ ਦੀ ਨਾਲ ਕਲਚਰ ਦਾ ਵੀ ਕੰਸੈਪਟ ਆ ਜਾਂਦਾ, ਇਸ ਚੀਜ਼ ਨਾ ਭੁੱਲਿਓ। ਜੋ ਇੱਥੇ ਫੇਮਸ ਪਲੇਸਿਸ ਵੀ ਇੰਡੀਆ ਦੀਆਂ ਹੈ, ਪੰਜਾਬ ਦੀਆਂ, ਸਿਲੇਬਸ ਥੋੜ੍ਹਾ ਜਿਹਾ ਮੀਨਸ ਕਹਿ ਸਕਦੇ ਹੋ ਕਿ ਬਹੁਤ ਇਸ 15 ਮਾਰਕਸ ਦੇ ਪੋਰਸ਼ਨ ਵਿੱਚ ਬਹੁਤ ਜ਼ਿਆਦਾ ਸਿਲੇਬਸ ਹੈ, ਐਂਡ ਫੋਕਸ ਵੀ ਤੁਹਾਨੂੰ ਜ਼ੋਰ ਤੋਂ ਕਰਨਾ ਚਾਹੀਦਾ ਹੈ। ਐਂਡ ਜਿੰਨਾ ਟਾਈਮ ਤੁਹਾਨੂੰ 15 ਮਾਰਕਸ 'ਤੇ ਲੱਗੇਗਾ, ਮੈਂ ਬਿਲਕੁਲ ਰਿਐਲਿਟੀ ਦੱਸ ਰਿਹਾ, ਐਂਡ ਇੱਕ ਅੱਧਾ ਸਬਜੈਕਟ ਹੋਰ ਨਾਲ ਮਿਲਾ ਲਓ, ਬਾਕੀ ਤੁਹਾਨੂੰ ਸਾਰੇ ਸਬਜੈਕਟ ਪੜ੍ਹਨ ਦੇ ਵਿੱਚ ਉਨਾ ਟਾਈਮ ਲੱਗੇਗਾ, ਇਹ ਚੀਜ਼ ਸੋਚ ਲਿਆ, ਕਿਉਂਕਿ ਸਿਲੇਬਸ ਇੱਥੇ ਬਹੁਤ ਜ਼ਿਆਦਾ ਹੈ, ਐਂਡ ਡਿਟੇਲ ਵਿੱਚ ਤੁਹਾਨੂੰ ਕਰਨਾ ਵੀ ਪਏਗਾ। ਇਹ ਵੀ ਨਹੀਂ ਹੈ ਕਿ ਤੁਸੀਂ ਛੱਡ ਦਿਓਗੇ, ਐਂਡ ਉਸ ਚੀਜ਼ਾਂ ਤੁਹਾਨੂੰ ਮੰਨਿਆ ਪੈਂਦਾ। ਓਕੇ, ਇਸ ਤੋਂ ਇਲਾਵਾ ਸਾਨੂੰ ਹੋਰ ਕੀ ਹੈ, ਸਾਰਾ ਤੁਸੀਂ ਦੇਖ ਸਕਦੇ ਹੋ, ਸਾਰਾ ਮੈਂ ਇੱਥੇ ਰੀਡ ਕੀਤਾ ਹੋਇਆ ਹੈ, ਹਾਂ, ਜੋ ਬੋਰਡ ਨੇ ਵੀ ਦਿੱਤਾ ਹੈ, ਮੈਂ ਤਾਂ ਨਹੀਂ ਦਿੱਤਾ, ਬੋਰਡ ਨੇ ਦਿੱਤਾ ਹੈ। ਇਸ ਤੋਂ ਇਲਾਵਾ ਸਾਡੇ ਲਈ ਰੀਜ਼ਨਿੰਗ ਹੈ, ਜ਼ਿਆਦਾ ਮਾਰਕਸ ਤਾਂ ਨਹੀਂ ਹੈ, ਬਟ 10 ਮਾਰਕਸ ਹੀ ਆ, ਹੁਣ 21 ਮਾਰਕਸ ਇੰਪੋਰਟੈਂਟ ਹੈ, ਤੁਹਾਨੂੰ ਸਭ ਨੂੰ ਪਤਾ ਹੈ, ਐਂਡ ਇਸ ਦੇ ਬਾਰੇ ਵੀ ਤੁਹਾਨੂੰ ਡਟ ਕੇ ਤਿਆਰੀ ਕਰਨੀ ਹੈ। ਇਹ 10 ਮਾਰਕਸ ਦੇ ਵਿੱਚੋਂ ਜ਼ਿਆਦਾ ਨਹੀਂ ਨਾ, ਜ਼ਿਆਦਾ ਨਹੀਂ ਮੈਂ ਬੋਲਦਾ, 9 ਮਾਰਕਸ ਤੁਹਾਨੂੰ ਲੈਣੇ ਚਾਹੀਦੇ ਹੈ, ਠੀਕ ਹੈ। ਦੈਟ ਵਾਜ਼ ਅ ਬਿਲਕੁਲ ਇਸ ਲਈ ਹੈਲਪ ਕਰੇਗਾ ਤੁਹਾਡੀ, ਇਹ ਸਾਰੇ ਦਾ ਸਾਰਾ ਰੀਜ਼ਨਿੰਗ ਦਾ ਸਿਲੇਬਸ ਹੈ, ਮੈਥਮੈਟਿਕਸ ਨਹੀਂ ਆ ਰਿਹਾ ਜੀ, ਮੀਨਸ ਕਹਿ ਰਹੇ ਹੋ ਨਾ ਕਿ ਹਾਂ ਠੀਕ ਹੈ, ਇੱਕ ਦੋ ਚੈਪਟਰ ਮੈਥਮੈਟਿਕਸ ਸਾਨੂੰ ਕਰਨੇ ਪੈਣਗੇ, ਕਿਉਂਕਿ ਇਤਨਾ ਲੋਜੀਕਲ ਪ੍ਰੋਬਲਮ ਦਾ ਕੰਸੈਪਟ ਹੈ, ਥੋੜ੍ਹਾ ਜਿਹਾ ਵਾਈਡ ਹੋ ਜਾਂਦਾ, ਇਸ ਦਾ ਏਰੀਆ ਵੀ ਕਰਨੇ ਪੈਂਦੇ ਸਾਨੂੰ। ਓਕੇ, ਐਂਡ ਜੋ ਅਰਥਮੈਟੀਕਲ ਰੀਜ਼ਨਿੰਗ ਹੈ, ਬਟ ਯਾਰ ਰੀਜ਼ਨਿੰਗ ਵਾਲਾ ਹੀ ਚੈਪਟਰ ਹੈ, ਕੋਈ ਵੈਸੇ ਨਹੀਂ ਆ ਗਿਆ, ਪਰ ਠੀਕ ਹੈ, ਇੱਕ ਦੋ ਚੈਪਟਰ ਸਾਨੂੰ ਸੈਪਰੇਟ ਕਰਨੇ ਪੈਣਗੇ। ਲੈਂਗੁਏਜ ਪ੍ਰੋਫੀਸ਼ੀਐਂਸੀ, ਲਿਖੋ ਲੈਂਗੁਏਜ ਪ੍ਰੋਫੀਸ਼ੀਐਂਸੀ 5x3=15, ਇਹ ਫੰਡਾ ਥੋੜ੍ਹਾ ਜਿਹਾ ਇਹ ਵੀ ਇੰਪੋਰਟੈਂਟ ਹੈ। 3 ਲੈਂਗੁਏਜ ਆ ਗਈਆਂ ਜੀ, ਪੰਜਾਬੀ, ਇੰਗਲਿਸ਼, ਹਿੰਦੀ, ਸਿਲੇਬਸ ਤਾਂ ਇਸਦਾ ਵੀ ਕਾਫੀ ਹੋ ਜਾਏਗਾ, ਬਟ ਹੈ ਤਾਂ 15 ਮਾਰਕਸ ਹੀ। ਚਲੋ ਠੀਕ ਹੈ ਜੀ, ਇਸਦੀ ਵੀ ਤਿਆਰੀ ਤੁਹਾਨੂੰ ਜ਼ਬਰਦਸਤ ਕਰਨੀ ਪਈ, ਗ੍ਰੈਮਰ ਪੋਰਸ਼ਨ 'ਤੇ ਜ਼ਿਆਦਾ ਫੋਕਸ ਕਰਨਾ ਪਏਗਾ, ਇਹ ਮੈਂ ਇਹੀ ਐਕਸਪੈਕਟ ਕਰ ਰਿਹਾ ਇਸ ਤੋਂ, ਠੀਕ ਹੈ, ਗ੍ਰੈਮਰ ਪੋਰਸ਼ਨ 'ਤੇ ਹੀ ਫੋਕਸ ਕਰਨਾ। ਡੀਅਰ, ਇਸਦੇ ਵਿੱਚ ਕੋਈ ਸ਼ੱਕ ਨਹੀਂ ਹੈ, ਕੋਈ ਗਲਤ ਚੀਜ਼ ਨਹੀਂ ਹੈ ਕਿ 1-3 ਨਾਲੋਂ ਜ਼ਿਆਦਾ ਸਿਲੇਬਸ, ਇਹਨਾਂ ਦਾ ਮਾਸਟਰ ਕੈਡਰ ਵਾਲਿਆਂ ਦਾ ਸਿਲੇਬਸ ਨਹੀਂ ਹੁੰਦਾ, ਇਹਨਾਂ ਦਾ ਮਾਸਟਰ ਕੈਡਰ ਵਾਲਿਆਂ 'ਤੇ ਅੱਤਿਆਚਾਰ ਨਹੀਂ ਹੁੰਦਾ, ਉਹਨਾਂ ਦਾ ਵੀ ਸਿਲੇਬਸ ਇਸ ਤੋਂ ਜਲਦੀ ਪੂਰਾ ਹੋ ਜਾਏ, ਹੈ ਨਾ। ਤਾਂ ਠੀਕ ਹੈ, ਸ਼ਾਇਦ ਮੈਂ ਕਿਤੇ ਗਲਤ ਹੋਵਾਂ, ਬਟ ਤੁਸੀਂ ਖੁਦ ਸਮਝ ਸਕਦੇ ਹੋ, ਦੇਣਾ ਤਾਂ ਹੈ ਹੀ ਨਹੀਂ। ਕਾਮ, ਇਹ ਵੀ ਆਪਣਾ ਸਬਜੈਕਟ ਹੈ ਜੀ, ਜਿਸ ਨੂੰ ਮੈਂ ਖੁਦ 3 ਸਾਲ ਤੋਂ ਜ਼ਿਆਦਾ ਟਾਈਮ ਹੋ ਚੁੱਕਿਆ, ਜਿਸ ਨੂੰ ਮੈਂ ਟੀਚ ਕਰਦਾ ਆ ਰਿਹਾ ਹਾਂ ਨਾ, ਇਸ ਨੂੰ ਤਾਂ ਆਪਾਂ ਕੋਈ ਲਗਨ ਦੇ ਹਾਂ, ਪੂਰੀ ਨਿਸ਼ਠਾ ਦੇ ਨਾਲ, ਤਾਂ ਹਰ ਇੱਕ ਸਬਜੈਕਟ ਪੂਰੀ ਲਗਨ ਨਿਸ਼ਠਾ ਦੇ ਨਾਲ ਹੋਏਗਾ, ਬਟ ਇਹ ਤਾਂ ਮੇਰਾ ਬਿਲਕੁਲ ਆਪਣਾ ਜਿਹਾ ਸਬਜੈਕਟ ਆ ਗਿਆ, ਹੈ ਨਾ। ਤਾਂ ਚਾਈਲਡ ਡਿਵੈਲਪਮੈਂਟ ਐਂਡ ਜੋ ਸਾਈਕੋਲੋਜੀ ਹੈ, ਇਸ ਦੇ ਬਾਰੇ ਵਿੱਚ ਪੂਰੀ ਡਿਟੇਲ ਦੇ ਵਿੱਚ ਡਿਸਕਸ਼ਨ ਹੋਏਗੀ। ਐਂਡ 20 ਮਾਰਕਸ ਦਾ ਇਹ ਤੁਹਾਨੂੰ ਦੱਸਿਆ 20 ਮਾਰਕਸ ਦਾ ਜਾ ਰਿਹਾ, ਬਟ ਭੁਲੇਖਾ ਨਾ ਖਾ ਲਿਓ, 20 ਮਾਰਕਸ ਤੋਂ ਵੀ ਕਿਤੇ ਜ਼ਿਆਦਾ ਮਾਰਕਸ ਦਾ ਇਹ ਸਬਜੈਕਟ ਹੈ, ਅੱਗੇ ਜਾ ਕੇ ਤੁਹਾਨੂੰ ਖੁਦ ਪਤਾ ਚੱਲ ਜਾਏਗਾ, ਜੋ ਜਿਨ੍ਹਾਂ ਨੇ ਮੇਰਾ PSET ਦੇ ਵਿੱਚ ਕਦੇ ਕੀਤਾ ਹੋਇਆ ਨਾ, ਉਸ ਤੋਂ ਵੀ ਕੁਛ ਨਾ ਕੁਛ ਜ਼ਿਆਦਾ ਕਰਨਾ ਪਏਗਾ, ਉਹ ਤਾਂ ਸਾਈਕੋਲੋਜੀ ਕਰਨੀ ਹੀ ਪਏਗੀ, ਉਸ ਤੋਂ ਵੀ ਕੁਛ ਨਾ ਕੁਛ ਸਪੈਸ਼ਲ ਹੈ, ਠੀਕ ਹੈ। ਸਾਈਕੋਲੋਜੀ ਥੋੜ੍ਹੀ ਲਿਮਿਟ ਵਿੱਚ ਹੋਏਗੀ, ਐਂਡ ਉਹ ਥੋੜ੍ਹੀ ਜ਼ਿਆਦਾ ਵਾਈਡ ਜਾਣੀ ਪੈਂਦੀ ਹੈ, ਹੈ ਨਾ, ਇੱਕ ਲੈਵਲ ਦੀ ਕੋਡਿੰਗ ਕਰਨੀ ਪਏਗੀ, ਹੁਣ ਐਂਟੀਟੀ ਦੇ ਪੇਪਰ ਨੂੰ ਧਿਆਨ ਵਿੱਚ ਰੱਖਦੇ ਹੋਏ ਕਰਨੀ ਪਏਗੀ। ਗਰੋਥ ਐਂਡ ਡਿਵੈਲਪਮੈਂਟ ਆਫ ਦਾ ਚਾਈਲਡ, ਇਹ ਹੈ 0-6 ਈਅਰਸ ਦਾ ਕੰਸੈਪਟ, ਠੀਕ ਹੈ। ਫਿਜ਼ੀਕਲ, ਕੋਗਨੀਟਿਵ, ਜੋ ਵੀ ਇਸ ਦਾ ਸਾਰੇ ਜੋ ਅਲੱਗ ਅਲੱਗ ਟਾਈਪ ਦੇ ਆਸਪੈਕਟਸ ਹੁੰਦੇ ਆ ਡਿਵੈਲਪਮੈਂਟ ਦੇ, ਉਹ ਸਾਨੂੰ ਕਵਰ ਕਰਨੇ ਪੈਣਗੇ। ਈਵਨ ਹੁਣ ਦੇਖੋ ਇਹ ਚੀਜ਼ ਹੈ, ਐਂਡ ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ ਨਾ, ਇਹ ਚੀਜ਼ ਹੈ, ਇਹ 3 ਟੋਪਿਕਸ ਦੇਖੋ ਕਿ ਕਿਤੇ ਨਾ ਕਿਤੇ ਡਿਵੈਲਪਮੈਂਟ ਦਾ ਇੱਕ ਹੀ ਫੰਡਾ ਹੈ ਬਸ, ਠੀਕ ਹੈ, ਥੋੜ੍ਹਾ ਜਿਹਾ ਤਰੀਕਾ ਅਲੱਗ ਹੈ, ਮੈਟਰ ਵੀ ਅਲੱਗ ਹੋਏਗਾ, ਸਾਰਾ ਸਾਨੂੰ ਦੇਖਣਾ ਪੈਂਦਾ ਹੈ। ਔਰਗਨਾਈਜੇਸ਼ਨ ਆਫ ਚਾਈਲਡ ਕੇਅਰ ਸਰਵਿਸਿਸ, ਤਾਂ ਇਹ ਵੀ ਚੀਜ਼ ਹੈ, ਸਾਨੂੰ ਦੇਖਣੀਆਂ ਪੈਂਦੀਆਂ, ਜੋ ਔਰਗਨਾਈਜੇਸ਼ਨ ਹੈ ਜੋ ਕਿ ਚਾਈਲਡ ਕੇਅਰ ਦੀ ਸਰਵਿਸ ਪ੍ਰੋਵਾਈਡ ਕਰਦੀਆਂ, ਉਹ ਸਾਰਾ ਦੇਖਣਾ ਪਏਗਾ। ਰੋਲ ਆਫ ਪਲੇ ਇਨ ਚਾਈਲਡ ਡਿਵੈਲਪਮੈਂਟ, ਠੀਕ ਹੈ, ਸਾਰੇ ਸਾਰੇ ਇੰਪੋਰਟੈਂਟ ਟੋਪਿਕਸ ਹੈ, ਤੁਸੀਂ ਦੇਖ ਸਕਦੇ ਹੋ। ਈਵਨ ਜੋ ਇੱਥੇ ਹਾਂ ਡੀਫੋਰਮੇਟਿਵ ਹੈ ਕਿ ਇਸ ਇਹ ਸਾਨੂੰ ਬਰਥ ਤੋਂ ਹੈ ਜਾਂ ਬਰਥ ਤੋਂ ਬਾਅਦ ਹੋਈਆਂ ਹੈ, ਸਾਰਾ ਸਾਨੂੰ ਵੀ ਦੇਖਣਾ ਪੈਂਦਾ। ਨਿਊਟ੍ਰੀਸ਼ਨ ਐਂਡ ਹੈਲਥ ਇਹ PSET ਵਾਲੇ ਨੇ ਕਦੇ ਨਹੀਂ ਆਉਂਦਾ, ਬਟ ਤੁਹਾਡੇ ਆ ਰਿਹਾ ਹੈ, ਹੈ ਨਾ। ਵੈਕਸੀਨੇਸ਼ਨ ਹੈ, ਚਾਈਲਡ ਰਾਈਟਸ ਹੈ, ਚਲੋ ਠੀਕ ਹੈ, ਇੱਥੇ ਤਾਂ ਫਿਰ ਵੀ ਇੰਪੋਰਟੈਂਟ ਹੈ। ਇਸ ਤੋਂ ਇਲਾਵਾ ਪੋਲਿਸੀਜ਼ ਐਂਡ ਪ੍ਰੋਗਰਾਮਸ ਰਿਲੇਟਿਡ ਵਿਦ ਪ੍ਰੀ ਪ੍ਰਾਇਮਰੀ ਐਜੂਕੇਸ਼ਨ, ਤਾਂ ਜੋ ਜਿੰਨੇ ਵੀ ਪ੍ਰੋਗਰਾਮਸ ਹੈ, ਜਿੰਨੀਆਂ ਵੀ ਪੋਲਿਸੀਜ਼, ਸਾਰਾ ਕੁਝ ਨਿਊ ਹੈ, ਇਹ ਮੈਟਰ ਤੁਹਾਨੂੰ ਮੀਨਸ ਲੱਭਣਾ ਵੀ ਬਹੁਤ ਮੁਸ਼ਕਿਲ ਹੋਏਗਾ, ਹੈ ਨਾ। ਤਾਂ ਠੀਕ ਹੈ, ਬਿਲਕੁਲ ਆਪਾਂ ਇਸ ਦੇ ਲਈ ਹਾਰਡਵਰਕ ਸਾਰਿਆਂ ਨੂੰ ਕਰਨਾ ਪਏਗਾ, ਚਾਹੇ ਅਕੈਡਮੀ ਵਾਲਾ ਹੈ ਕੋਈ, ਮੀਨਸ ਚਾਹੇ ਮੈਂ ਹੀ ਹਾਂ, ਤੁਹਾਨੂੰ ਇਹ ਪੋਰਸ਼ਨ ਵੀ ਮੈਂ ਖੁਦ ਕਵਰ ਕਰਨ ਲੱਗੀ, ਹੈ ਨਾ। ਪੋਲਿਸੀਜ਼ ਐਂਡ ਪ੍ਰੋਗਰਾਮ ਐਜੂਕੇਸ਼ਨ ਫੀਲਡ ਨਾਲ ਜੁੜੇ ਹੋਏ ਆ, ਹੁਣ ਇਹਨਾਂ ਚੀਜ਼ਾਂ ਤੋਂ ਪਿੱਛੇ ਹਟ ਨਹੀਂ ਸਕਦੇ, ਐਂਡ ਇਹਨਾਂ ਚੀਜ਼ਾਂ ਦੇ ਵਿੱਚ ਪੂਰੀ ਪਰਫੈਕਸ਼ਨ ਵੀ ਹੈ, ਠੀਕ ਹੈ ਜੀ। ਸਾਰਾ ਡਾਟਾ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ,
ਉਹਦੀ ਹੋਏਗਾ ਐਂਡ ਓਪਨ ਵਾਲੇ ਵੀ ਨਾ ਘਬਰਾਉਣ, ਓਪਨ ਵਾਲਿਆਂ ਦੇ ਲਈ ਵੀ ਓਪਨ ਸੀਰੀਜ਼ ਚੱਲਦੀ ਰਹਿ ਸਕਦੀ ਹੈ, ਠੀਕ ਹੈ। ਉਸ ਟਾਈਮ ਤੋਂ ਬਾਅਦ ਓਪਨ ਸੀਰੀਜ਼ ਵੀ ਜਲਦੀ ਸਟਾਰਟ ਹੋ ਜਾਏਗੀ। ਐਂਡ ਇਸ ਤੋਂ ਇਲਾਵਾ ਜੋ ਹੈ ਤੁਹਾਡਾ ਇਹ ਸਾਰੇ ਦਾ ਸਾਰਾ ਇਸਦਾ ਸਬਜੈਕਟ, ਜੋ ਚਾਰ ਸਬਜੈਕਟ ਦਿਖ ਰਹੇ ਹੈ ਬਟ ਥੋੜ੍ਹਾ ਡਿਟੇਲ ਵਿੱਚ ਸਾਨੂੰ ਕਰਨਾ ਪਏਗਾ, ਠੀਕ ਹੈ। ਚਾਰ ਜੋ ਟੋਪਿਕਸ ਹੈ ਇਸਦੇ ਅਕੋਰਡਿੰਗ ਸਾਨੂੰ ਅੱਗੇ ਵਧਣਾ ਪਏਗਾ। ਨੈਕਸਟ ਕੀ ਹੈ, ਕਰੀਕੁਲਮ ਹੈ ਜੀ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਦਾ ਅਤੇ ਟੀਚਿੰਗ ਲਰਨਿੰਗ ਪ੍ਰੋਸੈਸ। ਹੁਣ ਇਸ ਦੇ ਬਾਰੇ ਵਿੱਚ ਵੀ ਤੁਸੀਂ ਸਾਰਾ ਦੇਖ ਸਕਦੇ ਹੋ, 25 ਮਾਰਕਸ ਹੈ ਐਂਡ ਸਾਈਕੋਲੋਜੀ ਇੱਥੇ ਵੀ ਆ ਗਈ ਹੈ, ਠੀਕ ਹੈ। ਕਿਤੇ ਨਾ ਕਿਤੇ ਤੁਹਾਡਾ ਐਜੂਕੇਸ਼ਨ ਦਾ ਸਬਜੈਕਟ ਇਹ ਵੀ ਮੇਰਾ ਆਲਮੋਸਟ ਇਹਦੇ ਵਿੱਚੋਂ ਕਵਰੇਜ ਵੀ ਮੈਂ ਹੀ ਕਵਰ ਕਰਨੀ ਹੈ, ਹੈ ਨਾ। ਐਂਡ ਕਾਫੀ ਵੱਡਾ ਪੋਰਸ਼ਨ ਤੁਹਾਡੇ ਸਿਲੇਬਸ ਦਾ ਖੁਦ ਮੈਂ ਕਵਰ ਕਰਾਂਗਾ ਐਂਡ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿਆਂਗੇ। ਟੋਪਿਕ ਵਾਈਜ਼ ਐਮਸੀਕਿਊ ਚੱਲਣਗੇ, ਸਾਰਾ ਕਿਵੇਂ ਦਿਲ ਵਿੱਚ ਪਰਚੇ ਉਸਦੇ ਬਾਰੇ ਤੁਹਾਨੂੰ ਦੱਸ ਦੇਵਾਂਗਾ। ਬਾਕੀ ਦੇਖ ਸਕਦੇ ਹੋ ਲਰਨਿੰਗ ਐਂਡ ਟੀਚਿੰਗ ਬਹੁਤ ਲੈਂਥ ਟੋਪਿਕ ਹੈ ਬਟ ਇੰਨਾ ਇੰਟਰਸਟਿੰਗ ਤਰੀਕੇ ਨਾਲ ਕਰਾਂਗੇ ਕਿ ਤੁਹਾਨੂੰ ਪਤਾ ਲੱਗਣਾ ਟੋਪਿਕ ਕਦੋਂ ਖਤਮ ਹੋ ਗਿਆ। ਨੈਕਸਟ ਹੈ ਕਿ ਨੌਲੇਜ ਅਬਾਊਟ ਪ੍ਰੀ ਪ੍ਰਾਇਮਰੀ ਕਰੀਕੁਲਮ, ਇਹ ਸਾਰਾ ਤੁਸੀਂ ਦੇਖ ਸਕਦੇ ਹੋ। ਪ੍ਰੀ ਪ੍ਰਾਇਮਰੀ ਕਰੀਕੁਲਮ ਦੇ ਬੱਚੇ ਨੂੰ ਤੁਸੀਂ ਇੱਕ ਪ੍ਰੀ ਪ੍ਰਾਇਮਰੀ ਦਾ ਬੱਚਾ ਹੈ ਤੁਸੀਂ ਉਸਨੂੰ ਕਿਵੇਂ ਪੜ੍ਹਾਓਗੇ। ਛੋਟਾ ਜਿਹਾ ਬੱਚਾ ਆਇਆ ਤੁਹਾਡੇ ਕੋਲ 3 ਸਾਲ, 3 ਸਾਲ ਤੋਂ ਲੈ ਕੇ 6 ਸਾਲ ਦੇ ਬੱਚਿਆਂ ਨੂੰ ਤੁਸੀਂ ਪੜ੍ਹਾਉਣਾ। ਪਤਾ ਹੈ ਨਾ ਜਿੰਨਾ ਦੇ ਟੀਚਰ ਬਣਨ ਜਾ ਰਹੇ ਹੋ, ਆਈ ਹੋਪ ਕਿ ਤੁਹਾਨੂੰ ਸਭ ਨੂੰ ਪਤਾ ਹੈ, ਹੈ ਨਾ। ਤਾਂ ਜੋ ਤੁਸੀਂ ਕੋਰਸ ਕੀਤਾ ਸਭ ਕੁਛ ਤੁਹਾਨੂੰ ਉਹੀ ਉਧਰੋਂ ਸਿੱਖਣ ਨੂੰ ਮਿਲਿਆ, ਬਟ ਠੀਕ ਹੈ ਉਸ ਤੋਂ ਵੀ ਕਿਤੇ ਜ਼ਿਆਦਾ ਦਾਇਰਾ ਹੈ ਉਸਦਾ। ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ, 100 ਮਾਰਕਸ ਦਾ ਪੇਪਰ ਹੈ ਬਟ 2 ਘੰਟੇ ਮਿਲੇ ਹੋਏ ਆ, ਬਟ ਮੇਰੇ ਅਕੋਰਡਿੰਗ ਸ਼ਾਇਦ ਪ੍ਰੀ ਪ੍ਰਾਇਮਰੀ ਲੈਵਲ ਦਾ ਇਗਜ਼ਾਮ ਹੈ ਤਾਂ ਹੀ 2 ਘੰਟੇ ਦਿੱਤੇ ਗਏ ਆ ਜੀ, ਠੀਕ ਹੈ। ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ ਨੌਲੇਜ ਐਂਡ ਸਕਿੱਲ ਇਨ ਪ੍ਰਾਈਮ ਪ੍ਰੀ ਪ੍ਰਾਇਮਰੀ ਟੀਚਿੰਗ ਮੈਥੋਡੋਲੋਜੀ, ਇਸ ਤੋਂ ਇਲਾਵਾ ਕੀ ਹੈ ICT, ਦੇਖੋ ਇੱਥੇ ਕੰਪਿਊਟਰ ਦਾ ਵੀ ਕੰਸੈਪਟ ਆ ਗਿਆ ਨਾ, ਠੀਕ ਹੈ। ਮੀਨਸ ਸਬਜੈਕਟ ਤੁਸੀਂ ਨਿਕਾਲੋਗੇ ਨਾ, ਵੀ ਦੇ ਆਸ ਪਾਸ ਨਿਕਲ ਜਾਣਗੇ, ਕਿਉਂਕਿ ਇੱਥੇ ਦੇਖੋ ਇਨਵਾਇਰਮੈਂਟਲ ਅਵੇਅਰਨੈਸ ਵੀ ਹੈ, ਹੁਣ ਕੀ ਕੀ ਕਰੋਗੇ ਤੁਸੀਂ। ਆਰਟ ਐਜੂਕੇਸ਼ਨ ਹੈ, ਹਾਈਜੀਨ ਐਂਡ ਕਲੀਨਲੀਨੈਸ ਹੈ, ਹਾਲਾਂਕਿ ਅਗਰ ਆਪਾਂ ਡੈਪਥ ਵਿੱਚ ਜਾਈਏ ਸਬਜੈਕਟ ਹੈ ਪ੍ਰੋਪਰ, ਹੈ ਨਾ। ਇਹ ਚੀਜ਼ਾਂ ਕਲਾਸਰੂਮ ਮੈਨੇਜਮੈਂਟ ਇੱਕ ਪੂਰੀ ਬੁੱਕ ਹੈ, ਕਲਾਸਰੂਮ ਮੈਨੇਜਮੈਂਟ ਦਾ ਪੂਰਾ ਪੂਰਾ ਸਬਜੈਕਟ ਬਣਦਾ ਹੈ ਅਗਰ ਤੁਸੀਂ ਦੇਖਿਆ ਹੋਵੇ ਤਾਂ। HP ਵਾਲੇ ਪੇਪਰ ਦੇ ਵਿੱਚ ਆਇਆ ਕਰਦਾ ਹੈ, ਉਸੇ ਟੋਪਿਕਸ ਆਇਆ ਕਰਦੇ ਹੈ ਨਾ। ਚਲੋ ਠੀਕ ਹੈ, ਸਾਨੂੰ ਪ੍ਰੋਪਰ ਕਰਨਾ ਪਏਗਾ ਇਸ ਦੇ ਬਾਰੇ ਵਿੱਚ, ਠੀਕ ਹੈ। ਸਕੂਲ ਮੈਨੇਜਮੈਂਟ ਤਾਂ ਹੋਰ ਵੀ ਵੱਡਾ ਕੰਸੈਪਟ ਹੋ ਜਾਂਦਾ, ਪਹਿਲਾਂ ਕਲਾਸਰੂਮ ਮੈਨੇਜਮੈਂਟ ਹੈ। ਇਸ ਤੋਂ ਇਲਾਵਾ CCE ਬਹੁਤ ਇੰਪੋਰਟੈਂਟ ਹੈ ਜੀ ਤੁਹਾਡਾ, ਬਟ ਇਹ ਕਰਨਾ ਪਏਗਾ ਤੁਹਾਨੂੰ ਪ੍ਰੀ ਪ੍ਰਾਇਮਰੀ ਲੈਵਲ, ਓਕੇ। ਇਸ ਤੋਂ ਇਲਾਵਾ ਕੀ ਹੈ, ਇਨਕਲੂਸਿਵ ਐਜੂਕੇਸ਼ਨ ਹੈ, ਇਹ ਸਾਰਾ ਤੁਸੀਂ ਦੇਖਦੇ ਹੋ। ਹਾਈਜੀਨ ਐਂਡ ਕਲੀਨਲੀਨੈਸ ਹੈ, ਵੈਲਿਊ ਐਜੂਕੇਸ਼ਨ ਹੈ, ਮੋਰਲ ਐਜੂਕੇਸ਼ਨ ਐਂਡ ਗੁੱਡ ਹੈਬਿਟਸ ਹੈ, ਰੋਲ ਆਫ ਪੇਰੈਂਟਸ ਐਂਡ ਸੋਸਾਇਟੀ ਇਨ ਪ੍ਰੀ ਪ੍ਰਾਇਮਰੀ, ਇਹ ਸਾਰੇ ਦਾ ਸਾਰਾ ਹੈ ਜੀ, ਇਹ ਸਾਰਾ ਤੁਸੀਂ ਦੇਖਦੇ ਹੋ। ਕਿਸੇ ਨੇ ਹਾਲੇ ਤੱਕ PDF ਡਾਊਨਲੋਡ ਨਹੀਂ ਕੀਤੀ ਹੈ ਤਾਂ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਲਿੰਕ ਹੈ, ਡਾਊਨਲੋਡ ਕਰਨ ਦਾ ਉਸ ਦੇਖਦੇ ਹੋ। ਹਾਂਜੀ, ਹੁਣ ਮੈਂ ਸਾਰਾ ਕੋਚਿੰਗ ਦੇ ਬਾਰੇ ਤੁਹਾਨੂੂੰ ਦੱਸ ਦਿੰਦਾ, ਜਿੰਨਾ ਸਟੂਡੈਂਟਸ ਨੇ ਕੋਚਿੰਗ ਕਰਨੀ ਹੈ, ਜਿਨ੍ਹਾਂ ਨੇ ਨਹੀਂ ਕਰਨੀ ਹੈ ਉਹਨਾਂ ਦੇ ਲਈ ਕੁਛ ਮੇਰੇ ਕੋਲ ਖਾਸ ਹੈ, ਉਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਜੀ। ਦੇਖੋ, ਜਿਨ੍ਹਾਂ ਨੇ ਔਨਲਾਈਨ ਕੋਚਿੰਗ ਕਰਨੀ ਹੈ, ਪਹਿਲੀ ਚੀਜ਼ ਆਪਣੇ ਡੈਮੋ ਲੈਕਚਰ, ਆਲਮੋਸਟ ਤਾਂ 1-2 ਸਬਜੈਕਟ ਛੱਡ ਦੋ, ਤੁਹਾਡੇ ਲਈ ਇੱਕ ਵਾਰ ਐਪ 'ਤੇ ਅਵੇਲੇਬਲ ਕਰਵਾ ਦਿੱਤੇ ਗਏ, ਆਪਣੀ ਐਪਲੀਕੇਸ਼ਨ 'ਤੇ ਅਵੇਲੇਬਲ ਹੈ। ਐਪਲੀਕੇਸ਼ਨ ਦਾ ਲਿੰਕ ਜੋ ਹੈ, ਐਪਲੀਕੇਸ਼ਨ ਜੋ ਹੈ ਗੂਗਲ ਪਲੇ ਸਟੋਰ 'ਤੇ ਸਰਚ ਕਰੋਗੇ ਤਾਂ ਟੈਕਬਜ਼ਰ ਦੇ ਨੇਮ 'ਤੇ ਹੈ। ਐਪਲ iOS ਵਾਲਿਆਂ ਨੂੰ ਲਿੰਕ ਦਿਵਾਇਆ ਜਾਣਾ ਪਏਗਾ ਜੋ ਕਿ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਹੈ, ਠੀਕ ਹੈ। ਉਹ ਤੋਂ ਤੁਸੀਂ ਜਾ ਸਕਦੇ ਹੋ, ਉੱਥੋਂ ਉਸ ਤੋਂ ਬਾਅਦ ਜੋ ਤੁਹਾਨੂੰ ਕੋਡ ਫਿਲ ਕਰਨਾ ਪੈਂਦਾ ਉਹ ਸਾਰਾ ਫਿਲ ਕਰਕੇ ਐਂਡ ਉਹ ਸਾਰਾ ਦੇਖ ਲੈਣਾ, ਡਿਸਕ੍ਰਿਪਸ਼ਨ ਵਿੱਚ ਸਾਰਾ ਡਿਟੇਲ ਵਿੱਚ ਦਿੱਤਾ ਹੋਇਆ ਹੈ, ਤਾਂ ਉਹ ਕੋਡ ਫਿਲ ਕਰਨ ਤੋਂ ਬਾਅਦ ਤੁਸੀਂ ਅੱਗੇ ਐਂਟਰ ਕਰੋਗੇ ਤਾਂ ਸਾਰਾ ਹੋ ਜਾਏਗਾ। ਕੋਰਸ ਦੇ ਬਾਰੇ ਵਿੱਚ ਅਗਰ ਤੁਸੀਂ ਉੱਥੇ ਜਾ ਕੇ ਡੈਮੋ ਲੈਕਚਰ ਦੇਖੋਗੇ, ਫ੍ਰੀ ਕੰਟੈਂਟ ਤੁਹਾਨੂੰ ਮਿਲ ਜਾਏਗਾ। ਡੈਮੋ ਲੈਕਚਰ ਦੇਖਣ ਤੋਂ ਬਾਅਦ ਜੋ ਤੁਹਾਡੇ ਲਈ ਹੈ, ਅਗਰ ਮੈਂ ਗੱਲ ਕਰਾਂ, ਜਦੋਂ ਤੁਸੀਂ ਡੈਮੋ ਲੈਕਚਰ ਦੇਖ ਲੈਂਦੇ ਹੋ, ਪੂਰੀ ਤਸੱਲੀ ਕਰ ਲੈਂਦੇ ਹੋ, ਅਗਰ ਤੁਹਾਨੂੰ ਵਧੀਆ ਲੱਗਦਾ ਹੈ, ਬਹੁਤ ਕੁਛ ਇੰਪਰੂਵ ਕਰ ਦਿੱਤਾ ਗਿਆ ਪਹਿਲਾਂ ਨਾਲੋਂ ਵੀ, ਬਹੁਤ ਕੁਛ ਇੰਪਰੂਵ ਹੁੰਦਾ ਜਾਏਗਾ। ਐਂਡ ਸਾਰੇ ਮੈਂ ਥੋੜ੍ਹਾ ਦੱਸਾਂ ਇਹਦੇ ਵਿੱਚ ਤੁਹਾਨੂੰ ਹੋਏਗਾ ਕੀ, ਤੁਹਾਡੇ ਲਈ ਇਹ ਪੂਰੇ ਦੇ ਪੂਰੇ ਕੋਰਸ ਵਿੱਚ ਜੋ ਹੈ ਕੰਪਲੀਟ ਸਿਲੇਬਸ ਦੀ ਥਿਊਰੀ ਹੋਏਗੀ ਪਹਿਲਾਂ, ਫਿਰ ਨਾਲ ਦੀ ਨਾਲ ਟੋਪਿਕ ਵਾਈਜ਼ MCQs ਚੱਲਦੇ ਰਹਿਣਗੇ, ਠੀਕ ਹੈ। ਐਂਡ ਲਾਸਟ ਤੇ ਮੋਕ ਟੈਸਟ ਵੀ ਬਿਲਕੁਲ ਅਰੇਂਜ ਕੀਤੇ ਜਾਣਗੇ, ਠੀਕ ਹੈ ਜੀ। ਪਹਿਲਾਂ ਥਿਊਰੀ, ਫਿਰ MCQs, ਫਿਰ ਮੋਕ ਟੈਸਟ। ਮੋਕ ਟੈਸਟ ਬਿਲਕੁਲ ਲਾਸਟ ਤੇ, ਪਹਿਲਾਂ ਨਹੀਂ। ਪਹਿਲਾਂ ਸਾਰਾ ਜੋ ਇਸ ਚੀਜ਼ 'ਤੇ ਪਕੜ ਬਣਾ ਲੈਣਾ ਨਾ, ਫਿਰ ਅੱਗੇ ਜਾ ਪਾਏਗਾ ਮੋਕ ਟੈਸਟ ਵੱਲ, ਅਦਰਵਾਈਜ਼ ਨਹੀਂ। ਐਂਡ ਮੋਕ ਟੈਸਟ ਦਾ ਜੋ ਸਾਰਾ ਪ੍ਰੋਸੈਸ ਹੋਏਗਾ ਉਹ ਤੁਹਾਨੂੰ ਉਦੋਂ ਦੱਸਿਆ ਜਾਏਗਾ ਹੁਣ, ਠੀਕ ਹੈ। ਇਸ ਤੋਂ ਇਲਾਵਾ ਸਾਰੇ ਦੇ ਸਾਰੇ 10 ਦੇ 10 ਸਬਜੈਕਟ ਬਿਲਕੁਲ ਇੰਨੇ ਵਧੀਆ ਤਰੀਕੇ ਨਾਲ ਕਵਰ ਕਰਾਂਗੇ।
ਜਿਸ ਦੇ ਵਿੱਚ ਸਾਨੂੰ PDF ਨੋਟਸ ਮਿਲਣ, ਹਰ ਇੱਕ ਚੀਜ਼ ਦੇ PDF ਨੋਟਸ, ਆਲਮੋਸਟ ਚੀਜ਼ਾਂ ਦੇ PDF ਨੋਟਸ ਮਿਲਣ, ਠੀਕ ਹੈ, ਹਰ ਇੱਕ ਚੀਜ਼ ਦੇ PDF ਨੋਟਸ ਮਿਲਣਗੇ, ਤੁਹਾਨੂੰ ਕੋਈ ਚਿੰਤਾ ਲੈਣ ਦੀ ਜ਼ਰੂਰਤ ਨਹੀਂ ਹੈ। ਇਹ ਨਹੀਂ ਹੈ ਕਿ ਸਿਲੇਬਸ ਜ਼ਿਆਦਾ ਤਾਂ ਬਸ ਨੋਟਸ ਹੀ ਬਣਾਉਂਦੇ ਰਹਿ ਜਾਓ। ਤੁਹਾਡੇ ਕੋਲ ਮੈਂ ਇਲੈਕਟ ਕਰ ਸਕਦੇ ਹਾਂ ਕਿ 2 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਸ਼ਾਇਦ ਹੀ ਹੋਵੇ, ਬਟ ਮੈਂ ਫਿਰ ਵੀ 2 ਤੋਂ 3 ਮਹੀਨੇ ਲੈ ਕੇ ਚੱਲ ਰਿਹਾ ਹਾਂ। ਐਂਡ ਅੱਜ ਵੀ ਅਸੀਂ ਇਹਨਾਂ ਚੀਜ਼ਾਂ ਵਿੱਚ ਰੁੱਝੇ ਹੋਏ ਸੀ। ਵੀਡੀਓ ਲੇਟ ਆਉਣ ਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਸੀ। ਮੈਂ ਜਦੋਂ ਵੀ ਇਹਨਾਂ ਪਲੈਨਿੰਗ ਦੇ ਨਾਲ ਆਉਂਦਾ, ਤੁਹਾਨੂੰ ਪਤਾ ਅਦਰਵਾਈਜ਼ ਮੈਂ ਬੈਚ ਨਿਕਾਲ ਦਿੰਦਾ। ਅਗਰ ਆਇਆ ਤਾਂ ਕੁਛ ਸੋਚ ਕੇ ਆਇਆ ਹਾਂ, ਠੀਕ ਹੈ, ਕੁਛ ਵਧੀਆ ਕੁਆਲਿਟੀ ਦੇਣ ਆਇਆ ਹਾਂ, ਐਂਡ ਆਪਣੀ ਤਰਫੋਂ ਬਿਲਕੁਲ ਬੈਸਟ ਦਿਆਂਗੇ, ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਂਦੀ, ਠੀਕ ਹੈ। ਐਂਡ ਇਸ ਤੋਂ ਵੀ ਇਲਾਵਾ ਜੋ ਵੀ ਹੈ PDF ਨੋਟਸ ਹੋਣਗੇ, ਟੋਪਿਕ ਵਾਈਜ਼ ਜੋ ਵੀ, ਹਰ ਇੱਕ ਚੀਜ਼ ਦੇ PDF ਨੋਟਸ ਤੁਹਾਨੂੰ ਖੁਦ ਕੁਛ ਨਹੀਂ ਦੇਣਾ, ਬਸ ਵੀਡੀਓ ਲੈਕਚਰ ਸੁਣਨੇ ਹੈ, ਚਾਹੇ 400 ਲੈਕਚਰ ਬਣੇ, ਚਾਹੇ 350 ਬਣੇ, ਚਾਹੇ 300 ਲੈਕਚਰ ਬਣੇ, ਇੰਨਾ ਕੁ ਤਾਂ ਮੈਨੂੰ ਉਮੀਦ ਹੈ ਜੀ, ਇੰਨਾ ਕੁ ਲੈਕਚਰ ਜਾਏਗਾ, ਠੀਕ ਹੈ। ਐਵਰੇਜ ਕਿੰਨੀ ਕੁ ਰਹੇਗੀ ਇੱਕ ਲੈਕਚਰ ਦੀ? 40 to 45 ਮਿੰਟ ਇੱਕ ਸਿੰਗਲ ਲੈਕਚਰ ਦੀ ਐਵਰੇਜ, ਛੋਟੇ ਵੀ ਹੋ ਸਕਦੇ ਆ, ਵੱਡੇ ਵੀ ਹੋ ਸਕਦੇ ਆ। ਐਵਰੇਜ ਜਿਹਦੀ ਸੀ ਤੁਹਾਨੂੰ 40 ਮਿੰਟਸ ਦਾ ਐਸਟੀਮੇਟ ਲੈ ਲਓ, ਇੰਨੇ ਕੁ ਲੈਕਚਰ ਕੀਤਾ, ਠੀਕ ਹੈ। ਕੁਐਰੀਜ਼ ਦੇ ਲਈ ਜੋ ਵੀ ਤੁਹਾਡਾ, ਅਗਰ ਉਸ ਤੋਂ ਬਾਅਦ ਵੀ ਕੋਰਸ ਦੇ ਬਾਅਦ ਕੁਐਰੀਜ਼ ਹੋਇਆ ਕਰਨਗੀਆਂ, ਉਸ ਲਈ ਤੁਹਾਡਾ ਗਰੁੱਪ ਬਣਾਇਆ ਜਾਏਗਾ ਜਿਸ ਵਿੱਚ ਕਿਸਾ ਹੀ ਆਪਣੇ ਆਪ ਡਿਸਕਸ਼ਨ ਕਰ ਸਕੋਗੇ, ਬਟ ਇਹ ਸਾਰਾ ਕੁਝ ਐਪ 'ਤੇ ਹੋਏਗਾ, ਤੁਹਾਡੇ ਨੰਬਰ ਵੀ ਕਿਸੇ ਨਾਲ ਸ਼ੇਅਰ ਨਹੀਂ ਕੀਤੇ ਜਾਣਗੇ, ਇੰਨਾ ਮੀਨਸ ਬਹੁਤ ਸਿਸਟਮੈਟਿਕਲੀ ਸਿਸਟਮ, ਠੀਕ ਹੈ। ਇਹ ਸਾਰੀ ਦੀ ਸਾਰੀ ਗੱਲ ਸੀ ਜੋ ਮੈਨੂੰ ਤੁਹਾਡੇ ਨਾਲ ਸ਼ੇਅਰ ਕਰਨੀ ਸੀ, ਐਂਡ ਆਈ ਹੋਪ ਕਿ ਤੁਹਾਡੇ ਆਲਮੋਸਟ ਕੁਐਸਚਨ ਦੇ ਆਨਸਰ ਤੁਹਾਨੂੰ ਮਿਲ ਜਾਣਗੇ। ਹਾਂ, ਇੱਕ ਚੀਜ਼ ਕਿ ਕਈ ਸਟੂਡੈਂਟਸ ਦਾ ਇੱਕ ਕੁਐਸਚਨ ਹੁੰਦਾ ਹੈ ਕਿ ਸਰ ਅਗਰ ਅਸੀਂ ਬੈਚ ਅੱਜ ਨਾ ਜੁਆਇਨ ਕਰੀਏ ਤਾਂ ਕੱਲ੍ਹ? ਕੋਈ ਇਸ਼ੂ ਨਹੀਂ ਹੈ ਡੀਅਰ, ਤਾਂ ਤੁਸੀਂ ਬੈਚ ਕਦੋਂ ਵੀ ਤੁਸੀਂ ਜੁਆਇਨ ਕਰ ਸਕਦੇ ਹੋ, ਅੱਜ ਨਹੀਂ ਤਾਂ ਕੱਲ੍ਹ ਨਹੀਂ ਤਾਂ ਪਰਸੋਂ, ਜੋ ਵੀ ਤੁਹਾਡਾ ਮੂਡ ਬਣਦਾ, 10 ਦਿਨ ਬਾਅਦ ਜੁਆਇਨ ਕਰਨਾ, 10 ਦਿਨ ਬਾਅਦ ਜੁਆਇਨ ਕਰ ਸਕਦੇ ਹੋ, ਹਰ ਚੀਜ਼ ਆਪਣੀ ਐਪਲੀਕੇਸ਼ਨ 'ਤੇ ਹੋਏਗੀ। ਐਪਲੀਕੇਸ਼ਨ 'ਤੇ ਡਾਇਰੈਕਟ ਤੁਹਾਨੂੰ ਪੇਮੈਂਟ ਗੇਟ ਵੀ ਮਿਲਿਆ ਹੋਇਆ, ਜਿੱਦਾਂ ਤੁਸੀਂ ਐਮਾਜ਼ੋਨ ਫਲਿੱਪਕਾਰਟ 'ਤੇ ਪੇਮੈਂਟ ਕਰਦੇ ਹੋ ਨਾ, ਉੱਥੇ ਤੁਹਾਨੂੰ ਜਦੋਂ ਡੈਮੋ ਦੇਖੋਗੇ, ਨੈਕਸਟ ਵੀ ਲੈਕਚਰ ਸਟਾਰਟ ਕਰਨਾ ਚਾਹੋਗੇ, ਤੁਹਾਨੂੰ ਖੁਦ ਕੰਪਨੀ ਵੱਲੋਂ ਅਲਰਟ ਦਿੱਤਾ ਜਾਏਗਾ ਕਿ ਤੁਸੀਂ ਅਗਰ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਇਸ ਤੋਂ ਇਸ ਤਰੀਕੇ ਨਾਲ ਜੁਆਇਨ ਕਰ ਸਕਦੇ ਹੋ। ਤਾਂ ਬਸ ਤੁਸੀਂ ਉਹੀ ਤੇ ਕਰਨਾ ਹੈ। ਅਗਰ ਕੋਈ ਦਿੱਕਤ ਆਏ ਤਾਂ ਕਾਲ ਕਰ ਸਕਦੇ ਹੋ, ਵਟਸਐਪ ਕਰ ਸਕਦੇ ਹੋ, ਹਰ ਇੱਕ ਚੀਜ਼ ਤੁਹਾਡੇ ਉੱਥੇ ਅਵੇਲੇਬਲ ਹੋਏਗੀ। ਐਂਡ ਹਾਂ ਸਰ, ਬੈਚ ਜਦੋਂ ਵੀ ਸਟਾਰਟ ਹੋਣ ਜਾ ਰਿਹਾ ਹੈ, ਦੇਖੋ ਜੀ ਬੈਚ ਸਟਾਰਟ ਹੋਣ ਜਾ ਰਿਹਾ ਹੈ ਕੱਲ੍ਹ, ਠੀਕ ਹੈ, ਕੱਲ੍ਹ ਮੀਨਸ ਟੂ ਸੇ 6 ਜਨਵਰੀ। ਕੋਈ ਦੇਰੀ ਨਹੀਂ ਹੈ ਡੀਅਰ, ਮੈਨੂੰ ਪੂਰੀ ਉਮੀਦ ਹੈ 2 ਤੋਂ 3 ਮਹੀਨੇ ਨਹੀਂ ਹੈ ਤੁਹਾਡੇ ਕੋਲ, ਸਿਲੇਬਸ ਜ਼ਿਆਦਾ ਹੈ, ਦੇਰੀ ਕੀਤੀ ਤਾਂ ਪਿੱਛੇ ਰਹਿ ਜਾਓਗੇ, ਹੈ ਨਾ। ਤਾਂ ਆਪਣੀ ਤਰਫ ਤੋਂ ਕੋਈ ਕਮੀ ਨਹੀਂ ਛੱਡਣੀ, ਆਪਾਂ ਬਿਲਕੁਲ ਤਿਆਰ ਰਹਿਣਾ ਹੈ। 6 ਜਨਵਰੀ ਤੋਂ ਬੈਚ ਆ ਰਿਹਾ ਹੈ, ਮੀਨਸ ਕੱਲ੍ਹ ਤੋਂ, ਅੱਜ ਹੈ ਜੀ ਆਪਣੇ ਕੋਲ 5 ਜਨਵਰੀ, ਜਦੋਂ ਮੈਂ ਤੁਹਾਡੇ ਸਾਹਮਣੇ ਮੈਂ ਸਿਲੇਬਸ ਰੱਖ ਰਿਹਾ ਹਾਂ। ਐਂਡ ਮੈਨੂੰ ਉਮੀਦ ਹੈ ਕਿ ਜਿਨ੍ਹਾਂ ਨੇ ਕੋਚਿੰਗ ਸਟਾਰਟ ਕਰਨੀ ਹੋਏਗੀ, ਆਪਣੇ ਪਹਿਲਾਂ ਡੈਮੋ ਦੇਖ ਲੈਣਾ, ਠੀਕ ਹੈ, ਆਲਮੋਸਟ ਪਹਿਲਾਂ ਡੈਮੋ ਚੈੱਕ ਕਰੋ, ਤਸੱਲੀ ਕਰ ਲਓ, PDF ਕਿੱਦਾਂ ਮਿਲਣਗੇ ਉਹ ਵੀ ਸਾਰਾ ਕੁਝ ਦੇਖ ਲਓ, ਐਂਡ ਫਿਰ ਤੁਸੀਂ ਅੱਗੇ ਜੋ ਹੈ ਬੈਚ ਜੁਆਇਨ ਕਰ ਸਕਦੇ ਹੋ। ਬਾਕੀ ਕੋਈ ਵੀ ਕੁਐਸਚਨ ਹੋਵੇ, ਐਨੀ ਟਾਈਮ ਤੁਸੀਂ ਵਟਸਐਪ ਕਰ ਸਕਦੇ ਹੋ, ਵਟਸਐਪ ਦੇ ਲਈ ਤੁਹਾਡੇ ਕੋਲ ਨੰਬਰ ਸਾਰਿਆਂ ਕੋਲ ਹੈ 9710050500। ਐਂਡ ਇਸ ਤੋਂ ਇਲਾਵਾ ਹੁਣ ਅਸੀਂ ਇੱਕ ਜੋ ਹੈ ਨਵਾਂ ਪ੍ਰੋਸੈਸ ਵੀ ਸ਼ੁਰੂ ਕਰ ਦਿੱਤਾ, ਜੋ ਮੈਂ ਸਾਰਿਆਂ ਦੇ ਲਈ ਮੈਂ ਦੱਸਣਾ ਚਾਹੂੰਗਾ। ਅਗਰ ਤੁਸੀਂ ਕੋਚਿੰਗ ਨਹੀਂ ਵੀ ਲੈਣਾ ਚਾਹੁੰਦੇ, ਕੋਈ ਇਸ਼ੂ ਨਹੀਂ ਹੈ, ਅਗਰ ਕੋਈ ਸਟੂਡੈਂਟ ਚਾਹੇ ਐਂਟੀਟੀ ਦਾ ਹੈ, ਚਾਹੇ PSET ਦਾ ਹੈ, ਕਿਉਂਕਿ ਹਾਲੇ ਤੱਕ ਅਸੀਂ ਇਹਨਾਂ ਦੋਨਾਂ ਨੂੰ ਟਾਰਗੇਟ ਕਰ ਰਹੇ ਹਾਂ, ਜਾਂ ਕੋਈ ਵੀ ਹੋਰ ਟੀਚਿੰਗ ਐਗਜ਼ਾਮ ਦੇ ਬਾਰੇ ਵਿੱਚ ਹੈ, ਠੀਕ ਹੈ, ਈਵਨ ਕੋਈ ਵੀ ETV ਕੈਡਰ ਦਾ ਫਿਊਚਰ ਵਿੱਚ ਕੋਈ ਇਸਨੇ ਐਗਜ਼ਾਮ ਕਰੈਕ ਕਰਨਾ ਹੈ, ਜਾਂ ਕੋਈ ਵੀ ਇੱਕ ਹੈ, ਤੁਸੀਂ ਦੂਸਰੀ ਤਰਫ ਤੋਂ ਕਹਿ ਸਕਦੇ ਹੋ। ਇਸ ਤੋਂ ਇਲਾਵਾ ਇਸ ਦੇ ਨਾਲ ਨਾਲ ਹੀ ਜੋ ਹੈ ETT ਤੋਂ ਇਲਾਵਾ ਜੋ ਮਾਸਟਰ ਕੈਡਰ ਦਾ ਕੋਈ ਵੀ ਹੈ ਨਾ, ਤਾਂ ਤੁਸੀਂ ਕੀ ਕਰਨਾ, ਸਾਨੂੰ ਬਸ ਵਟਸਐਪ 'ਤੇ ਇੱਕ ਮੈਸੇਜ ਕਰਨਾ ਹੈ। ਉਹ ਮੈਸੇਜ ਕੀ ਕਰਨਾ ਹੈ, ਅਗਰ ਤੁਸੀਂ ਲੜਕੀ ਹੋ, ਠੀਕ ਹੈ, ਤੁਸੀਂ ਕੋਈ ਕੁੜੀ ਹੋ, ਠੀਕ ਹੈ, ਕੋਈ ਲੜਕੀ ਹੋ, ਕੋਈ ਗਰਲ ਹੋ, ਤਾਂ ਤੁਸੀਂ ਆਪਣੀ ਸੇਫਟੀ ਲਈ, ਕਿਉਂਕਿ ਮੈਨੂੰ ਪਤਾ ਕਾਫੀ ਸਾਰੀ ਗਰਲਸ ਨੂੰ ਟੈਂਸ਼ਨ ਲੱਗਦੀ ਹੈ, ਤੁਸੀਂ ਆਪਣਾ ਕੰਟੈਕਟ ਸੇਵ ਕਰਕੇ ਨਾ, ਆਪਣਾ ਕੰਟੈਕਟ ਸੇਵ ਕਰਕੇ ਵਟਸਐਪ 'ਤੇ ਸ਼ੇਅਰ ਕਰਦੇ ਹਾਂ ਨਾ, ਇਸ ਨੂੰ ਬਸ ਉਹ ਕਰਕੇ ਭੇਜਣਾ ਹੈ। ਤੁਹਾਡਾ ਕੰਟੈਕਟ ਸਿਰਫ ਸਾਡੇ ਕੋਲ ਆਏਗਾ, ਐਂਡ ਤੁਹਾਨੂੰ ਇੱਕ ਬ੍ਰੋਡਕਾਸਟ ਸਰਵਿਸ ਵਿੱਚ ਐਡ ਕੀਤਾ ਜਾਏਗਾ। ਐਂਡ ਜੋ ਬੋਇਜ਼ ਹੈ, ਜੋ ਲੜਕੇ ਹੈ, ਉਹਨਾਂ ਦੇ ਲਈ ਅਸੀਂ ਓਪਨ ਗਰੁੱਪ ਰੱਖ ਰਹੇ ਹਾਂ। ਅਗਰ ਲੜਕੀਆਂ ਵੀ ਆਪਣੇ ਫਾਦਰ ਸਾਹਿਬ ਦਾ ਜਾਂ ਕਿਸੇ ਦਾ ਵੀ ਹੋਰ ਨੰਬਰ ਐਡ ਕਰਵਾਉਣਾ ਚਾਹੁੰਦੀਆਂ, ਉਹ ਸਿੰਪਲ ਸਾਨੂੰ ਵਟਸਐਪ 'ਤੇ ਇੰਨਾ ਮੈਸੇਜ ਕਰ ਦੇਣ ਕਿ ਗਰੁੱਪ ਲਿੰਕ ਦੇ ਦਿਓ। ਐਂਡ ਗਰੁੱਪ ਲਿੰਕ ਇਸ ਚੀਜ਼ ਦਾ, ਜਿਸ ਵੀ ਤੁਸੀਂ ਬੈਚ ਦੇ ਵਿੱਚ ਜਿਸ ਵੀ ਟਾਈਪ ਦੇ
ਗਰੁੱਪ ਦੇ ਵਿੱਚ ਤੁਸੀਂ ਐਡ ਹੋਣਾ ਚਾਹੁੰਦੇ ਹੋ ਤਾਂ ਕਿ ਤੁਹਾਨੂੰ ਸਾਰੀਆਂ ਅਪਡੇਟਸ ਫਰਦਰ ਅਪਡੇਟ ਫਿਊਚਰ ਵਿੱਚ ਤੁਹਾਨੂੰ ਮਿਲਦੀਆਂ ਹਨਾ। ਤੁਹਾਡੇ ਗਰੁੱਪ ਪੈਸੇ ਜੋ ਹੈ ਬਿਲਕੁਲ ਫ੍ਰੀ ਆਫ ਕੋਸਟ ਹੋਣਗੇ, ਕੋਈ ਚਾਰਜ ਨਹੀਂ ਹੋਏਗਾ। ਗਰਲਸ ਦੇ ਲਈ ਬ੍ਰੋਡਕਾਸਟ ਸਰਵਿਸ ਹੋਏਗੀ, ਤੁਸੀਂ ਆਪਣਾ ਕੰਟੈਕਟ ਵੀ ਕਿਸ ਤਰੀਕੇ ਨਾਲ ਸੇਵ ਕਰਨਾ ਹੈ। ਅਗਰ ਤੁਹਾਡਾ ਨੇਮ ਮੈਂ ਮੰਨ ਕੇ ਚੱਲਦਾ ਹਾਂ, ਤੁਹਾਡਾ ਨੇਮ ਅਰਪਨਾ ਹੈ, ਠੀਕ ਹੈ, ਤੁਹਾਡਾ ਨੇਮ ਅਰਪਨਾ ਹੈ, ਜੋ ਵੀ ਲੈਟ ਕਰ ਰਿਹਾ ਨਾ, ਸੁਨੀਤਾ ਹੋ ਸਕਦਾ, ਕਿਰਨਾ ਹੋ ਸਕਦਾ, ਕੁਛ ਵੀ ਹੋ ਸਕਦਾ ਹੈ। ਅਰਪਨਾ ਸਪੇਸ ਜਿਸ ਵੀ ਤੁਸੀਂ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਹੋ, ਅਗਰ ਪੀ ਐਸ ਸੈਟ ਕਰਨਾ ਚਾਹੁੰਦੇ ਹੋ ਤਾਂ ਅਰਪਨਾ ਸਪੇਸ ਪੀ ਐਸ ਸੈਟ ਹੋਏਗਾ। ਅਗਰ ਤੁਸੀਂ ਸੀਟੈਟ ਦੀ ਇਗਜ਼ਾਮ ਦੀ ਤਿਆਰੀ ਕਰਨਾ ਚਾਹੁੰਦੇ ਹੋ ਫਿਊਚਰ ਦੇ ਵਿੱਚ ਤਾਂ ਅਰਪਨਾ ਸਪੇਸ ਸੀਟੈਟ, ਸੀਟੈਟ ਦੇ ਅੰਦਰ ਸੀਟ ਲਿਖ ਕੇ ਭੇਜਣਾ, ਬਸ ਸੀਟ ਹੀ ਹੈ, ਇਸਦਾ ਮਤਲਬ ਆਲਰੇਡੀ ਕਲੀਅਰ ਹੈ, ਠੀਕ ਹੈ, ਤਾਂ ਇਹ ਟੀ ਐਂਡ ਪੇਪਰ ਵਨ ਜਾਂ ਪੇਪਰ ਟੂ, ਬਸ ਇਹ ਚੀਜ਼ ਕਲੀਅਰ ਕਰਕੇ ਦੇਣੀ। ਅਤੇ ਬੋਇਜ਼ ਨੇ ਸਾਨੂੰ ਇਹ ਚੀਜ਼ ਸਿੰਪਲ ਵਟਸਐਪ 'ਤੇ ਮੈਸੇਜ ਕਰਕੇ ਦੱਸਣੀ ਹੈ। ਹਾਂ, ਅਗਰ ਬੋਇਜ਼ ਦੀ ਬ੍ਰੋਡਕਾਸਟ ਲਿਸਟ ਵਿੱਚ ਆਪਣਾ ਨੰਬਰ ਰਖਵਾਉਣਾ ਚਾਹੁੰਦੇ ਆ ਤਾਂ ਉਹ ਵੀ ਰਖਵਾ ਸਕਦੇ ਆ, ਕੋਈ ਉਸ ਲਈ ਮਨਾ ਨਹੀਂ ਹੁੰਦਾ, ਕਿਉਂਕਿ ਬ੍ਰੋਡਕਾਸਟ ਸਰਵਿਸ ਸਭ ਤੋਂ ਬੈਸਟ ਸਰਵਿਸ ਹੈ, ਕੋਈ ਕਿਸੇ ਦਾ ਨੰਬਰ ਕਿਸੇ ਨਾਲ ਸ਼ੇਅਰ ਨਹੀਂ ਹੁੰਦਾ। ਐਂਡ ਉਸ ਤੋਂ ਵੀ ਬੈਸਟ ਚੀਜ਼ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗੀ ਕਿ ਉਸ ਤੋਂ ਵੀ ਬੈਸਟ ਚੀਜ਼ ਕੀ ਹੈ, ਆਪਣਾ ਟੈਲੀਗ੍ਰਾਮ ਦਾ ਗਰੁੱਪ ਹੈ, ਟੈਲੀਗ੍ਰਾਮ ਦਾ ਚੈਨਲ, ਉਸੀ ਜੁਆਇਨ ਕਰ ਸਕਦੇ ਹੋ, ਠੀਕ ਹੈ। ਐਂਡ ਫੇਸਬੁੱਕ ਦਾ ਪੇਜ ਉਸਨੂੰ ਲਾਈਕ ਕਰਕੇ ਰੱਖੋ, ਇੰਸਟਾਗ੍ਰਾਮ 'ਤੇ ਫੋਲੋ ਕਰਕੇ ਰੱਖੋ, ਸਾਰੇ ਦਾ ਲਿੰਕ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਹੈ ਨਾ। ਟੈਲੀਗ੍ਰਾਮ ਸਭ ਤੋਂ ਬੈਸਟ ਚੀਜ਼ ਬਣਦੀ ਜਾ ਰਹੀ ਅੱਜ ਦੇ ਟਾਈਮ 'ਤੇ, ਮੈਂ ਤਾਂ ਉਹੀ ਰੈਫਰ ਕਰੂੰਗਾ ਜੀ, ਹਰ ਇੱਕ ਪਰਸਨ ਨੂੰ ਟੈਲੀਗ੍ਰਾਮ ਦਾ ਚੈਨਲ ਜੁਆਇਨ ਕਰਨਾ ਚਾਹੀਦਾ ਹੈ। ਟੈਲੀਗ੍ਰਾਮ ਦਾ ਤਾਂ ਕਿ ਫਰਦਰ ਅਪਡੇਟ ਜੋ ਤੱਕ ਤੁਸੀਂ ਫਿਊਚਰ ਦੇ ਵਿੱਚ ਜੋਬ ਨਹੀਂ ਲੱਗ ਜਾਂਦੇ ਨਾ, ਉਹ ਤਾਂ ਚੈਟ ਬਜ਼ਰ ਦੇ ਨਾਲ ਜੁੜੇਗੀ, ਠੀਕ ਹੈ ਜੀ। ਐਂਡ ਉਹ ਤੱਕ ਚੈਟ ਬਜ਼ਰ ਤੁਹਾਡਾ ਸਾਥ ਨਿਭਾ ਰਹੇਗਾ, ਕੱਲ੍ਹ ਨੂੰ ਪ੍ਰਮੋਸ਼ਨ ਚਾਹੀਦੀਆਂ ਹੈ, ਉਸਦੇ ਲਈ ਬਿਲਕੁਲ ਅਸੀਂ ਹਾਜ਼ਰ ਹੋਵਾਂਗੇ। ਐਂਡ ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ, ਬਾਕੀ ਹਾਲੇ ਤੱਕ ਕਿਸੇ ਨੇ ਟੈਟ ਬਜ਼ਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਜ਼ਰੂਰ ਤੋਂ ਸਬਸਕ੍ਰਾਈਬ ਕਰ ਲਓ। ਐਂਡ ਫ੍ਰੀ ਵਾਲੇ ਗਰੁੱਪ ਜ਼ਰੂਰ ਤੋਂ ਜੁਆਇਨ ਕਰ ਸਕਦੇ ਹੋ, ਜਿਵੇਂ ਜਿਵੇਂ ਵਿੱਚੋਂ ਟਾਈਮ ਮਿਲਿਆ ਕਰੇਗਾ, ਅਸਿਸਟੈਂਟ ਹੈ ਜੋ ਆਪਣੀ, ਉਹ ਤੁਹਾਨੂੰ ਗਰੁੱਪ ਦੇ ਵਿੱਚ ਐਡ ਕਰਦੇ ਜਾ ਸਕਦੇ, ਠੀਕ ਹੈ ਜੀ। ਇਸ ਤੋਂ ਇਲਾਵਾ ਜੋ ਨੈਕਸਟ ਪੁਆਇੰਟ ਹੈ, ਕਿਸੇ ਵੀ ਟਾਈਪ ਦੀ ਕੁਐਰੀ ਤੁਸੀਂ ਇਸ ਨੰਬਰ 'ਤੇ ਕੋਲ ਕਰਕੇ ਬੈਸਟ ਚੀਜ਼ਾਂ ਵਟਸਐਪ ਕਰਕੇ ਪੁੱਛ ਸਕਦੇ ਹੋ, ਤਾਂ ਕਿ ਤੁਹਾਨੂੰ ਜਲਦੀ ਉਸ ਚੀਜ਼ ਦਾ ਆਨਸਰ ਵੀ ਮਿਲ ਸਕੇ। ਓਕੇ ਡੀਅਰ, ਬਾਏ ਬਾਏ, ਟੇਕ ਕੇਅਰ। ਬਾਕੀ ਕੋਚਿੰਗ ਕੱਲ੍ਹ ਤੋਂ ਸਟਾਰਟ ਹੋਣ ਜਾ ਰਹੀ ਹੈ, ਫਿਰ ਤੋਂ ਜਾਂਦੇ ਜਾਂਦੇ ਮੈਂ ਦੱਸ ਦੇਣਾ, ਕੋਚਿੰਗ ਹੋਏਗੀ ਆਪਣੀ ਔਨਲਾਈਨ, ਹਰ ਇੱਕ ਚੀਜ਼ ਦੇ ਰਿਕੋਰਡਡ ਲੈਕਚਰਸ ਹੋਣਗੇ, ਐਂਡ ਡਾਊਟ ਸੈਸ਼ਨ ਵੀ ਪੂਰਾ ਕੋਸ਼ਿਸ਼ ਹੈ ਫਿਊਚਰ ਵਿੱਚ ਬਿਲਕੁਲ ਲਗਾਏ ਜਾਣਗੇ। ਐਂਡ ਜੋ ਵੀ ਬਾਇਲਿੰਗਵਲ, ਹਾਂ ਇੱਕ ਚੀਜ਼ ਜਾਂਦੇ ਜਾਂਦੇ ਮੈਂ ਇਸ ਚੀਜ਼ ਵੀ ਦੱਸ ਦੇਣਾ, ਕੋਰਸ ਤੁਹਾਡਾ ਰਹੇਗਾ ਪੂਰੀ ਤਰ੍ਹਾਂ ਨਾਲ ਬਾਇਲਿੰਗਵਲ। ਇਹ ਫਿਰ ਤੋਂ ਮੈਂ ਤੁਹਾਨੂੰ ਇੱਕ ਸਪੈਸ਼ਲ ਚੀਜ਼ ਦੱਸ ਰਿਹਾ, ਬਿਲਕੁਲ ਇਸ ਚੀਜ਼ ਦੇ ਲਈ ਸਪੈਸ਼ਲ ਕੀ ਹੈ, ਕੋਰਸ ਤੁਹਾਡਾ ਕੰਪਲੀਟਲੀ ਬਾਇਲਿੰਗਵਲ ਹੈ। ਪੰਜਾਬ ਦੇ ਸਟੂਡੈਂਟ ਹੋਣ ਦੇ ਨਾਤੇ ਸਟੂਡੈਂਟਸ ਨੂੰ ਬਾਇਲਿੰਗਵਲ ਕੋਰਸ ਨਹੀਂ ਮਿਲ ਪਾਉਂਦੇ, ਅਸੀਂ ਹਾਜ਼ਰ ਹਾਂ ਨਾ ਜੀ ਤੁਹਾਡੇ ਸਾਹਮਣੇ, ਕੰਪਲੀਟ ਕੋਰਸ ਇੰਗਲਿਸ਼ ਐਂਡ ਪੰਜਾਬੀ ਦੇ, ਠੀਕ ਹੈ। ਹਾਂ, ਲੈਂਗੁਏਜ ਨਾ ਕਹਿ ਦਿਓ ਕਿ ਸਰ ਦੋਨੋਂ ਲੈਂਗੁਏਜ ਕਰਾਓ, ਕੰਪਲੀਟ ਕੋਰਸ ਤੁਹਾਡਾ ਆਲਮੋਸਟ ਬਾਇਲਿੰਗਵਲ ਵੀ ਰਹੇਗਾ। ਕੋਈ ਹੋ ਸਕਦਾ ਹੈ 5-7 ਟੋਪਿਕ ਹੈ ਨਾ ਬਾਇਲਿੰਗਵਲ ਨਾ ਹੋ ਪਾਉਣ, ਬਟ ਆਲਮੋਸਟ ਕੋਰਸ ਤੁਹਾਡਾ ਬਾਇਲਿੰਗਵਲ, ਠੀਕ ਹੈ ਗਾਇਜ਼। ਬਾਏ ਬਾਏ, ਟੇਕ ਕੇਅਰ। ਬਾਕੀ ਘਬਰਾਉਣਾ ਨਹੀਂ ਹੈ, ਸਿਲੇਬਸ ਜ਼ਿਆਦਾ ਹੈ ਬਟ ਆਪਣੇ ਸਾਹਮਣੇ ਜ਼ਿਆਦਾ, ਠੀਕ ਹੈ ਜੀ। ਪੂਰੀ ਤਸੱਲੀ ਬਖਸ਼ ਤਿਆਰੀ ਕਰਾਂਗੇ ਐਂਡ ਆਪਣੇ ਮਿਸ਼ਨ ਤੱਕ ਪਹੁੰਚਾਂਗੇ। ਐਂਡ ਉੱਪਰ ਅਸੀਂ 93 ਵਿੱਚ ਇੱਕ ਪੋਸਟ ਲੈ ਕੇ ਆਵਾਂਗੇ, ETT ਦਾ ਰਿਪੋਰਟ ਤੁਹਾਡੇ ਸਾਹਮਣੇ ਹੈ, ਜੋ ਅਸੀਂ ਬਿਲਕੁਲ ਕਾਉਂਸਲਿੰਗ ਦੇ ਸਟੂਡੈਂਟਸ ਆਲਰੇਡੀ ਬਹੁਤ ਸਾਰੇ ਜਾ ਕੇ ਆ ਚੁੱਕੇ ਹੈ। ਐਂਡ ਜਲਦੀ ਉਸ 'ਤੇ ਵੀ ਵੀਡੀਓ ਬਣਾਵਾਂਗੇ, ਹੈ ਨਾ, ਸਟੂਡੈਂਟਸ ਨਾਲ ਗੱਲਬਾਤ ਚੱਲ ਰਹੀ ਸੀ, ਜੋਬ ਲੈ ਲੈਣ ਹਾਲੇ, ਫਾਈਨਲ ਸੀਟ ਪੱਕੀ ਕਰ ਲੈਣ, ਉਸ ਤੋਂ ਬਾਅਦ ਤੁਹਾਡੇ ਸਾਹਮਣੇ ਉਹ ਵੀ ਵੀਡੀਓ ਰੱਖਾਂਗੇ ਕਿ ਕਿਵੇਂ ਉਹਨਾਂ ਨੇ ਜੋ ਪ੍ਰਾਪਤ ਕੀਤੀ ਹੈ। ਓਕੇ ਡੀਅਰ, ਬਾਏ, ਟੇਕ ਕੇਅਰ।